ਅੱਧੀ ਰਾਤ ਨੂੰ ਸ਼ਮਸ਼ਾਨ ਘਾਟ 'ਚ ਹੰਗਾਮਾ, ਪੁਲਿਸ ਸਿਵਿਆਂ 'ਚੋਂ ਚੁੱਕ ਕੇ ਲੈ ਗਈ ਦੋ ਲਾਸ਼ਾਂ। ਚੁੱਪ ਚੁਪੀਤੇ ਦੋ ਜਣਿਆਂ ਦਾ ਕੀਤਾ ਜਾ ਰਿਹਾ ਸੀ ਸੰਸਕਾਰ। ਸ਼ੱਕੀ ਲੋਕ ਮੋਟਰਸਾਈਕਲ 'ਤੇ ਰੱਖ ਕੇ ਲਿਆਏ ਸੀ ਇਹਨਾਂ ਲਾਸ਼ਾਂ ਨੂੰ। ਜਲੰਧਰ ਦੇ ਬੁਲੰਦ ਨਗਰ ਦੀ ਘਟਨਾ, ਤਾਂ ਸ਼ਮਸ਼ਾਨ ਦੇ ਵਿੱਚ ਰਾਤ ਨੂੰ 10:30 ਵਜੇ ਹੰਗਾਮਾ ਹੋਇਆ। ਹੰਗਾਮਾ ਹੋਣ ਦਾ ਕਾਰਨ ਇਹ ਕਿ ਸ਼ਮਸ਼ਾਨ ਘਾਟ ਦੇ ਵਿੱਚ ਦੋ ਸਿਵੇ ਬਾਲਣ ਦੀ ਤਿਆਰੀ ਕੀਤੀ ਜਾ ਰਹੀ ਸੀ। ਲਾਸ਼ਾਂ ਨੂੰ ਵੀ ਮੋਟਰਸਾਈਕਲ 'ਤੇ ਰੱਖ ਕੇ ਲਿਆਂਦਾ ਗਿਆ ਅਤੇ ਦੋ, ਇੱਕ ਔਰਤ ਅਤੇ ਇੱਕ ਮਰਦ, ਦੋਹਾਂ ਦੀ ਲਾਸ਼ਾਂ ਸਾੜਨ ਹੀ ਵਾਲੇ ਸੀ ਕਿ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਕੰਪਲੇਂਟ ਕਰ ਦਿੱਤੀ। ਪੁਲਿਸ ਆਈ, ਪੁਲਿਸ ਨੇ ਸਿਵਿਆਂ ਤੋਂ ਲਾਸ਼ਾਂ ਚੁੱਕੀਆਂ ਅਤੇ ਹਸਪਤਾਲ ਲੈ ਗਈ। ਉੱਥੇ ਜਾ ਕੇ ਹੁਣ ਪੋਸਟਮਾਰਟਮ ਚੱਲ ਰਿਹਾ ਏ। ਹੁਣ ਦੋਹਾਂ ਦੀ ਮੌਤ ਕਿਵੇਂ ਹੋਈ ਹੈ ਅਤੇ ਰਾਤ ਵੇਲੇ, ਕਿਉਂਕਿ ਅਕਸਰ ਦੇਖਿਆ ਜਾਵੇ ਸੂਰਜ ਢਲਣ ਤੋਂ ਬਾਅਦ ਸੰਸਕਾਰ ਨਹੀਂ ਕੀਤਾ ਜਾਂਦਾ ਕਿਸੇ ਧਰਮ ਦੇ ਵਿੱਚ ਵੀ, ਤਾਂ ਇਹ ਲੋਕ ਇੰਨੀ ਰਾਤ ਨੂੰ ਸੰਸਕਾਰ, ਉਹ ਵੀ ਦੋ ਲਾਸ਼ਾਂ ਦਾ, ਕਿਉਂ ਕਰ ਰਹੇ ਸੀ? ਇਹ ਵੱਡਾ ਸਵਾਲ ਖੜ੍ਹਾ ਹੋ ਰਿਹਾ ਏ। ਤਾਂ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਬੁਲੰਦ ਨਗਰ ਵਿਖੇ ਇਹ ਵਾਰਦਾਤ ਹੋਈ ਹੈ। ਇਹ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਅਤੇ ਇੱਕ ਮਹਿਲਾ, ਜਿਨ੍ਹਾਂ ਦਾ ਸੰਸਕਾਰ ਬੁਲੰਦ ਨਗਰ ਸ਼ਮਸ਼ਾਨ ਘਾਟ ਵਿਖੇ ਰਾਤ 10:30 ਵਜੇ ਕੀਤਾ ਜਾ ਰਿਹਾ ਸੀ। ਲੋਕਾਂ ਦੇ ਵੱਲੋਂ ਇਕੱਠ ਕੀਤਾ ਗਿਆ, ਪੁਲਿਸ ਆਈ, ਪੁਲਿਸ ਲਾਸ਼ਾਂ ਨੂੰ ਚੱਕ ਕੇ ਲੈ ਗਈ। ਮੌਕੇ 'ਤੇ ਜਿਹੜੇ ਚਸ਼ਮਦੀਦ ਨੇ, ਆਓ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਪੂਰੀ ਗੱਲ ਕੀ ਏ। ਮਾਮਲਾ ਸਰ ਇੱਦਾਂ ਹੈ ਕਿ ਸਾਡੇ ਪਰਸ਼ੂਰਾਮ ਨਗਰ ਦੇ ਵਿੱਚ ਗਲੀ ਨੰਬਰ 3 ਦੇ ਵਿੱਚੋਂ ਇੱਕ ਸਾਨੂੰ ਮੁਹੱਲੇ ਵਾਲੇ ਨੇ ਕਾਲ ਕੀਤੀ ਹੈ ਅਤੇ ਸਾਨੂੰ ਬੁਲਾਇਆ ਕਿ ਇੱਦਾਂ ਦੀ ਗੱਲ ਹੈ ਕਿ ਕਿਸੇ ਇੱਕ ਲੜਕੀ ਦੀ ਡੈਥ ਹੋਈ ਹੈ ਅਤੇ ਉਹਨੂੰ ਐਕਟਿਵਾ 'ਤੇ ਬਿਠਾ ਕੇ ਰਾਤ ਨੂੰ ਅਤੇ ਬੁਲੰਦਪੁਰ ਸ਼ਮਸ਼ਾਨ ਘਾਟ ਜਿੱਦਾਂ ਮਤਲਬ ਲੈ ਕੇ ਗਏ ਆ। ਅਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਅਤੇ ਅਸੀਂ ਅੱਗੇ ਆਪਣੇ ਪ੍ਰਸ਼ਾਸਨ ਨੂੰ ਦੱਸਿਆ, ਆਪਣੇ ਮੁਲਾਜ਼ਮ ਜਿਹੜੇ ਆਪਣੇ 8 ਨੰਬਰ ਚੌਂਕੀ 'ਤੇ ਆਪਣੇ ਸੀਗੇ ਮੋਤਵਾਰ ਆਪਣੇ ਇਹ ਕਿਸ਼ੋਰ ਜੀ ਸੀਗੇ, ਉਹਨਾਂ ਨਾਲ ਗੱਲ ਕੀਤੀ। ਸਰ ਆਏ ਅਤੇ ਉੱਥੋਂ ਆਪਣਾ ਸਾਰੀ ਜਾਂਚ ਕੀਤੀ। ਉਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਅਤੇ ਦੇਖ ਰਹੇ ਅਤੇ ਜੋ ਵੀ ਸ਼ਮਸ਼ਾਨ ਘਾਟ ਦੇ ਵਿੱਚ ਉਹਦੀ ਲਾਸ਼ ਪਈ ਸੀਗੀ ਅਤੇ ਮੌਕੇ 'ਤੇ ਹੁਣ ਸਰ ਆਪਣੇ ਜਾਂਚ ਕਰ ਰਹੇ ਆ। ਜੋ ਵੀ ਹੁਣ ਅਸੀਂ ਨਹੀਂ ਕਹਿੰਦੇ ਕਿ ਪਤਾ ਨਹੀਂ ਹੁਣ ਸਹੀ ਆ ਗਲਤ ਆ, ਉਹ ਤਾਂ ਹੁਣ ਇਹ ਪੋਸਟਮਾਰਟਮ ਦੇ ਵਿੱਚ ਜੋ ਵੀ ਆਏਗਾ ਉਹਦੇ ਵਿੱਚ ਜਿੱਦਾਂ ਵੀ ਆਏਗਾ। ਸਾਨੂੰ ਨਾ ਪਰਸ਼ੁਰਾਮ ਨਗਰ ਦੇ ਵਿੱਚੋਂ ਪ੍ਰਧਾਨ ਦਾ ਫੋਨ ਆਇਆ ਸੀਗਾ ਵੀ ਲੜਕੀ ਦੀ ਡੈਥ ਹੋਈ ਹੈਗੀ ਆ, ਉਹਦੀ ਜਿਹੜੇ ਘਰਦੇ ਸੀ ਉਹਨੂੰ ਸੰਸਕਾਰ ਵਾਸਤੇ ਲੈ ਕੇ ਚੱਲੇ ਸੀਗੇ ਅਤੇ ਮੁਹੱਲੇ ਉਹਨੂੰ ਇਤਰਾਜ਼ ਕੀਤਾ ਗਿਆ ਹੈਗਾ, ਤਾਂ ਅਸੀਂ ਬੋਡੀ ਨੂੰ ਜਿਹੜਾ ਹੈਗਾ ਸਿਵਲ ਹਸਪਤਾਲ ਕਰ ਰਹੇ ਲੈ ਕੇ ਜਾ ਰਹੇ ਹੈਗੇ ਆ। ਆਫਟਰ ਪੋਸਟ ਹੁਣ ਜੋ ਬਣਦੀ ਕਾਰਵਾਈ ਲੈ ਅਮਲ 'ਚ ਲਿਆਂਦੀ ਜਾਵੇਗੀ।